ਸਸਿਕਾ ਫਰੈਂਡਸ ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਵਾਂਗੇ ਇਹ ਵੀ ਰਿਕੁਐਸਟਡ ਵੀਡੀਓ ਹੈ ਤੇ ਇਹਨੂੰ ਬਣਾਉਣ ਦੇ ਲਈ ਆਪਾਂ ਜਿਹੜਾ ਜਿਹੜਾ ਸਮਾਨ ਲਿਆ ਹੈ ਉਹਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ ਤਿੰਨ ਆਪਾਂ ਆਲੂ ਲਏ ਆ ਮੀਡੀਅਮ ਸਾਈਜ਼ ਦੇ ਆਲੂਆਂ ਨੂੰ ਆਪਾਂ ਕੱਟ ਕੇ ਪਾਣੀ ਦੇ ਵਿੱਚ ਭਿਓ ਕੇ ਰੱਖ ਲਿਆ ਸੀ ਤਾਂ ਕਿ ਆਲੂ ਜਿਹੜੇ ਸਾਡੇ ਕਾਲੇ ਨਾ ਪੈਣ ਤੇ ਦੋ ਵੱਡੇ ਸਾਈਜ਼ ਦੇ ਆਪਾਂ ਪਿਆਜ਼ ਲਏ ਆ ਸੁੱਕੀ ਸਬਜ਼ੀ ਦੇ ਵਿੱਚ ਥੋੜਾ ਜਿਹੜਾ ਪਿਆਜ਼ ਆ ਉਹ ਜ਼ਿਆਦਾ ਪੈਂਦਾ ਆ ਅਦਰਕ ਤੇ ਲਸਣ ਆ ਇਹਨਾਂ ਨੂੰ ਆਪਾਂ ਕੁੱਟ ਲੈਣਾ ਆ ਹਰਾ ਧਨੀਆ ਵੀ ਕੱਟ ਲਿਆ ਆ ਤੇ ਦੋ ਟਮਾਟਰ ਲਏ ਆਪਾਂ ਤੇ ਦੋ ਹਰੀਆਂ ਮਿਰਚਾਂ ਨੇ ਮਿਰਚਾਂ ਜਿਹੜੀਆਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣੀਆਂ ਆ ਤੇ ਮਸਾਲੇ ਜਿਹੜੇ ਆ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਰਹੂੰਗੀ ਕਿ ਆਪਾਂ ਕਿੰਨੇ ਪਾਣੇ ਆ ਅੱਧਾ ਕਿਲੋ ਆਪਾਂ ਇੱਥੇ ਸ਼ਿਮਲਾ ਮਿਰਚ ਲਈ ਆ ਤੇ ਸ਼ਿਮਲਾ ਮਿਰਚ ਨੂੰ ਜਿਹੜਾ ਆ ਮੈਂ ਹੁਣ ਕੱਟ ਲੂੰਗੀ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਪਾਣੀ ਦੇ ਵਿੱਚ ਤੇ ਸ਼ਿਮਲਾ ਮਿਰਚ ਦੇ ਜਿਹੜੇ ਆ ਵਿਚਲੇ ਆ ਬੀਜ ਹੁੰਦੇ ਆ ਇਹ ਜਿਹੜੇ ਬੀ ਆ ਇਹ ਨਹੀਂ ਆਪਾਂ ਵਿੱਚ ਪਾਣੇ ਇਹਨਾਂ ਨੂੰ ਆਪਾਂ ਕੱਟ ਕੇ ਫੇਰ ਇਹਨਾਂ ਨੂੰ ਕੱਟਣਾ ਆ ਬੀ ਆਪਾਂ ਕੱਟ ਦੇਣੇ ਆ ਸ਼ਿਮਲਾ ਮਿਰਚ ਦੇ ਤੇ ਆਪਾਂ ਇੰਨੇ ਕੁ ਵੱਡੇ ਪੀਸ ਦੇ ਵਿੱਚ ਆਪਾਂ ਇਹਨੂੰ ਕੱਟ ਲੈਣਾ ਆ ਬਾਕੀ ਤੁਸੀਂ ਪੀਸ ਜਿੰਨੇ ਜਿਹੜੇ ਹਿਸਾਬ ਨਾਲ ਕੱਟਣਾ ਚਾਹੁੰਦੇ ਹੋ ਤੁਸੀਂ ਆਪ ਕੱਟ ਸਕਦੇ ਹੋ ਆਪਣੇ ਤਰੀਕੇ ਨਾਲ ਸਾਰੀ ਜਿਹੜੀ ਸਾਡੀ ਸ਼ਿਮਲਾ ਮਿਰਚ ਆ ਉਹ ਕੱਟ ਲਈ ਆ ਆਪਾਂ ਤੇ ਹੁਣ ਆਪਾਂ ਕੀ ਕਰਨਾ ਆ ਜਿਹੜਾ ਸਾਡਾ ਅਦਰਕ ਤੇ ਲਸਣ ਆ ਇਹਨੂੰ ਆਪਾਂ ਵੀ ਇਹਨੂੰ ਕੁੱਟ ਲੈਣਾ ਆ ਤੇ ਇਹਨੂੰ ਅਦਰਕ ਲਸਣ ਨੂੰ ਕੁੱਟਣ ਤੋਂ ਪਹਿਲਾਂ ਆਪਾਂ ਜਿਹੜਾ ਤੇਲ ਆ ਸਰੋਂ ਦਾ ਉਹਨੂੰ ਗਰਮ ਹੋਣ ਲਈ ਰੱਖ ਦਿੰਦੇ ਕੜਾਹੀ ਉੱਪਰ ਰੱਖ ਦਿੱਤੀ ਆ ਇਹਦੇ ਵਿੱਚ ਆਪਾਂ ਇੱਕ ਕੜਛੀ ਜਿਹੜੀ ਆ ਸਰੋਂ ਦੇ ਤੇਲ ਦੀ ਪਾਣੀ ਆ ਜਿਹੜੀ ਸੁੱਕੀ ਸਬਜ਼ੀ ਹੁੰਦੀ ਆ ਇਹਦੇ ਵਿੱਚ ਜਿਹੜਾ ਤੇਲ ਆ ਉਹ ਜ਼ਿਆਦਾ ਪਾਇਆ ਜਾਂਦਾ ਆ ਬਾਕੀ ਜੇ ਤੁਸੀਂ ਘੱਟ ਪਾਉਣਾ ਚਾਹੋ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਤੇਲ ਆ ਘੱਟ ਪਾ ਸਕਦੇ ਹੋ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਆ ਤੇ ਗਰਮ ਕਰਕੇ ਇਹਦੀ ਜਿਹੜੀ ਕੁੜੱਤਣ ਆ ਉਹ ਆਪਾਂ ਕੱਟ ਲੈਣੀ ਆ ਤੇ ਜਦੋਂ ਤੱਕ ਸਾਡਾ ਤੇਲ ਗਰਮ ਹੁੰਦਾ ਪਿਆ ਆ ਉਦੋਂ ਤੱਕ ਆਪਾਂ ਅਦਰਕ ਤੇ ਜਿਹੜਾ ਹਰੀ ਮਿਰਚ ਲਸਣ ਜਿਹੜਾ ਆ ਉਹਨੂੰ ਕੁੱਟ ਕੇ ਤਿਆਰ ਕਰ ਲੈਂਦੇ ਹਾਂ ਜਿਹੜੀਆਂ ਹਰੀਆਂ ਮਿਰਚਾਂ ਨੇ ਇਹ ਵੀ ਆਪਾਂ ਵਿੱਚ ਇੱਦਾਂ ਕੱਟ ਲੈਣੀਆਂ ਨੇ ਤਾਂ ਕਿ ਆਰਾਮ ਦੇ ਨਾਲ ਆਪਾਂ ਇਹਨੂੰ ਕੁੱਟ ਸਕੀਏ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਥੱਲੇ ਤਾਰ ਲਿਆ ਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਠੰਡਾ ਕਰ ਲਿਆ ਤਾਂ ਕਿ ਜਦੋਂ ਆਪਾਂ ਇਹਦੇ ਵਿੱਚ ਜੀਰਾ ਪਾਉਣਾ ਆ ਜਾਂ ਇੱਕਦਮ ਜੀਰਾ ਆਪਣਾ ਸੜੇ ਨਾ ਤੇ ਹੁਣ ਆਪਾਂ ਇਹਨੂੰ ਉੱਪਰ ਰੱਖ ਕੇ ਹੁਣ ਇਹਦੇ ਵਿੱਚ ਇੱਕ ਚਮਚਾ ਜਿਹੜਾ ਆ ਆਪਾਂ ਜੀਰੇ ਦਾ ਪਾਵਾਂਗੇ ਤੇ ਜੀਰੇ ਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ ਆ ਜੀਰਾ ਜਿਹੜਾ ਸਾਡਾ ਭੁੰਨਿਆ ਗਿਆ ਹੁਣ ਆਪਾਂ ਇਹ 'ਚ ਪਿਆਜ਼ ਪਾ ਲਾਂਗੇ ਪਿਆਜ਼ ਨੂੰ ਵੀ ਆਪਾਂ 2-3 ਮਿੰਟ ਤੱਕ ਭੁੰਨਾਂਗੇ ਪਿਆਜ਼ ਜਿਹੜਾ ਸਾਡਾ ਅੱਗੇ ਨਾਲ ਥੋੜ੍ਹਾ ਜਿਹਾ ਭੁੰਨ ਹੋ ਗਿਆ ਹੈ ਅਤੇ ਥੋੜ੍ਹਾ ਜਿਹਾ ਆਪਾਂ ਇਹਨੂੰ ਹਲੇ 1 ਮਿੰਟ ਤੱਕ ਹੋਰ ਭੁੰਨਾਂਗੇ ਪਿਆਜ਼ ਜਿਹੜਾ ਸਾਡਾ ਭੁੰਨਿਆ ਗਿਆ ਆ ਹੁਣ ਆਪਾਂ ਇਹਦੇ ਵਿੱਚ ਅਦਰਕ ਲਸਣ ਹਰੀ ਮਿਰਚ ਤੇ ਜਿਹੜੀਆਂ ਆਪਾਂ ਹਰੇ ਪਿਆਜ਼ ਦੀਆਂ ਭੁੱਕਾਂ ਪਾਈਆਂ ਕੁੱਟੀਆਂ ਉਹ ਵੀ ਇਹਦੇ ਵਿੱਚ ਪਾ ਦਾਂਗੇ ਹਲਾ ਲੈਣਾ ਆਪਾਂ ਇਹਨੂੰ ਤੇ ਇਹਨੂੰ ਵੀ ਹੁਣ ਆਪਾਂ ਧੋ ਲੈਣਾ ਚੰਗੀ ਤਰ੍ਹਾਂ ਲਸਣ ਤੇ ਅਦਰਕ ਪਾ ਕੇ ਤੁਸੀਂ ਹਮੇਸ਼ਾ ਇਹਨੂੰ ਲਗਾਤਾਰ ਹਿਲਾਉਣਾ ਆ ਕਿਉਂਕਿ ਜਿਹੜਾ ਅਦਰਕ ਹੁੰਦਾ ਆ ਉਹ ਕੁੱਟ ਕੇ ਥੋੜ੍ਹਾ ਜਿਹਾ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਆ ਇਸ ਕਰਕੇ ਆਪਾਂ ਇਹਨੂੰ ਹਿਲਾਈ ਜਾਣਾ ਆ ਅਦਰਕ ਤੇ ਜਿਹੜਾ ਲਸਣ ਆ ਉਹ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਗਿਆ
ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤੇ ਟਮਾਟਰ ਨੂੰ ਆਪਾਂ ਉਦੋਂ ਤੱਕ ਭੁੰਨਣਾ ਆ ਜਦੋਂ ਤੱਕ ਜਿਹੜਾ ਟਮਾਟਰ ਸਾਡਾ ਨਰਮ ਨਹੀਂ ਹੋ ਜਾਂਦਾ ਮਸਾਲਾ ਜਿਹੜਾ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਆ ਟਮਾਟਰ ਜਿਹੜੇ ਆ ਐਨ ਬਿਲਕੁਲ ਗਲ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਆ ਲੂਣ ਪਾਵਾਂਗੇ ਅੱਧਾ ਚਮਚਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ ਥੋੜ੍ਹੀ ਜਿਹੀ ਆਪਾਂ ਇਹਦੇ 'ਚ ਲਾਲ ਮਿਰਚ ਪਾਉਣੀ ਹੈ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਹੈ ਅੱਧਾ ਚਮਚਾ ਜਿਹੜਾ ਹਲਦੀ ਆ ਮਿਲਾ ਲਾਂਗੇ ਆਪਾਂ ਇਹਨੂੰ ਅਤੇ ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਤੇ ਹੁਣ 2-3 ਮਿੰਟ ਤੱਕ ਆਪਾਂ ਮਸਾਲੇ ਨੂੰ ਭੁੰਨਣਾ ਹੈ ਜਦੋਂ ਤੱਕ ਮਸਾਲੇ ਦੇ ਵਿੱਚੋਂ ਜਿਹੜਾ ਤੇਲ ਆ ਉਹ ਅਲੱਗ ਨਹੀਂ ਹੋਣ ਲੱਗ ਜਾਂਦਾ ਮਸਾਲਾ ਜਿਹੜਾ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਹੈ ਮਸਾਲੇ ਨੂੰ ਤੁਸੀਂ ਉਦੋਂ ਤੱਕ ਭੁੰਨਣਾ ਆ ਜਦੋਂ ਤੱਕ ਮਸਾਲੇ ਦੇ ਵਿੱਚੋਂ ਜਿਹੜਾ ਤੇਲ ਆ ਉਹ ਅਲੱਗ ਨਹੀਂ ਹੁੰਦਾ ਜਿੰਨਾ ਜ਼ਿਆਦਾ ਆਪਾਂ ਮਸਾਲੇ ਨੂੰ ਭੁੰਨਾਂਗੇ ਤੇ ਸਬਜ਼ੀ ਜਿਹੜੀ ਆ ਸਾਡੀ ਓਨੀ ਜ਼ਿਆਦਾ ਸਵਾਦ ਬਣੂਗੀ ਕਿਉਂਕਿ ਸਬਜ਼ੀ ਦਾ ਜਿਹੜਾ ਸਾਰਾ ਸਵਾਦ ਆ ਉਹ ਮਸਾਲੇ ਦੇ ਉੱਤੇ ਹੀ ਟਿਕਿਆ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਆਲੂ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆ ਤੇ ਹਿਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਦੇ ਸ਼ਿਮਲਾ ਮਿਰਚ ਨਹੀਂ ਪਾਉਣੀ ਸਿਰਫ ਆਪਾਂ ਆਲੂਆਂ ਨੂੰ ਹੀ ਆਪਾਂ 5-7 ਮਿੰਟ ਦੇ ਲਈ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨਣਾ ਆ ਇਸੇ ਤਰੀਕੇ ਨਾਲ ਮਸਾਲੇ ਦੇ ਵਿੱਚ ਕਿਉਂਕਿ ਜੇ ਆਪਾਂ ਸ਼ਿਮਲਾ ਮਿਰਚ ਆਲੂਆਂ ਦੇ ਨਾਲ ਦੀ ਨਾਲ ਪਾ ਦਈਏ ਤਾਂ ਕੀ ਹੋਊਗਾ ਕਿ ਜਿਹੜੀ ਸ਼ਿਮਲਾ ਮਿਰਚ ਹੁੰਦੀ ਆ ਉਹ ਬਹੁਤ ਜਲਦੀ ਗਲ ਜਾਂਦੀ ਆ ਅਤੇ ਇਹਦੇ ਕਰਕੇ ਜਦੋਂ ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਸਬਜ਼ੀ ਆ ਉਹ ਸਵਾਦ ਨਹੀਂ ਲੱਗਦੀ ਹਮੇਸ਼ਾ ਕਦੇ ਵੀ ਤੁਸੀਂ ਆਲੂਆਂ ਦੇ ਨਾਲ ਹੀ ਸ਼ਿਮਲਾ ਮਿਰਚ ਨੂੰ ਨਹੀਂ ਪਾਉਣਾ ਆਲੂਆਂ ਨੂੰ ਪਹਿਲਾਂ ਗਲਾ ਲੈਣਾ ਆ ਅੱਧੇ ਤੋਂ ਜ਼ਿਆਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਇਹਨੂੰ ਹੁਣ ਆਪਾਂ ਉੱਪਰੋਂ ਦੀ ਢੱਕ ਦਿੰਦੇ ਹਾਂ ਅਤੇ ਇਹਨੂੰ ਆਲੂਆਂ ਨੂੰ ਆਪਾਂ 5-7 ਮਿੰਟ ਵਾਸਤੇ ਪੱਕਾ ਇੱਕ ਵਾਰੀ ਆਪਾਂ ਚੈੱਕ ਕਰ ਲੈਂਦੇ ਹਾਂ ਆਲੂਆਂ ਨੂੰ ਵਿੱਚੋਂ ਵਿੱਚੋਂ ਤੁਸੀਂ ਇਹਨੂੰ ਲਾਈ ਜਾਣਾ ਆ ਅਤੇ ਜਦੋਂ ਤੱਕ ਇਹ ਅੱਧ ਤੋਂ ਜ਼ਿਆਦਾ ਗਾਲ ਨਹੀਂ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਹਲੇ ਫਿਰ ਢੱਕ ਦਾਂਗੇ ਇਹਨਾਂ ਨੂੰ ਉੱਪਰੋਂ ਦੀ ਚੈੱਕ ਕਰਦੇ 7-8 ਮਿੰਟ ਹੋ ਗਏ ਆ ਆਲੂਆਂ ਨੂੰ ਪੱਕਦੇ ਹੋਏ ਅਤੇ ਆਲੂ ਜਿਹੜੇ ਆ ਸਾਡੇ ਅੱਧ ਨਾਲੋਂ ਜ਼ਿਆਦਾ ਗਲ ਚੁੱਕੇ ਆ ਅਤੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾ ਦਿੰਦੇ ਹਾਂ ਸ਼ਿਮਲਾ ਮਿਰਚ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਹਿਲਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਉੱਪਰੋਂ ਦੀ ਢੱਕ ਦੇਵਾਂਗੇ ਅਤੇ ਢੱਕ ਕੇ ਹੁਣ ਆਪਾਂ ਇਹਨੂੰ 4-5 ਮਿੰਟ ਲਈ ਪੱਕਣ ਦੇਵਾਂਗੇ ਇੱਕ ਵਾਰੀ ਹਿਲਾ ਦਿੰਦੇ ਹਾਂ ਵਿੱਚੋਂ ਸਬਜ਼ੀ ਨੂੰ ਹਲੇ ਇਹਨੂੰ ਢੱਕ ਦੇਵਾਂਗੇ ਆਪਾਂ ਅਤੇ ਹੋਰ ਹਲੇ ਇਹਨੂੰ ਬਣਾ ਦੇਵਾਂਗੇ ਸਬਜ਼ੀ ਜਿਹੜੀ ਆ ਸਾਡੀ ਬਣ ਕੇ ਤਿਆਰ ਹੋ ਗਈ ਆ ਇੱਕ ਵਾਰੀ ਆਪਾਂ ਇਹਨੂੰ ਲਾ ਲੈਂਦੇ ਹਾਂ ਅਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਕੁ ਚਮਚਾ ਜਿਹੜਾ ਆ ਆਪਾਂ ਗਰਮ ਮਸਾਲੇ ਦਾ ਪਾਉਣਾ ਆ ਇਹਦੇ ਵਿੱਚ ਗਰਮ ਮਸਾਲਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆ
ਤੇ ਗਰਮ ਮਸਾਲਾ ਘਰ ਦੇ ਵਿੱਚ ਕਿਵੇਂ ਬਣਾਈਦਾ ਆ ਇਹਦੀ ਵੀਡੀਓ ਤੁਸੀਂ ਦੇਖਣੀ ਆ ਤੇ ਇਹਦਾ ਜਿਹੜਾ ਲਿੰਕ ਆ ਮੈਂ ਨੀਚੇ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੂੰਗੀ ਤੇ ਇਹਦੀ ਵੀਡੀਓ ਆਪਾਂ ਪਾਈ ਹੋਈ ਹੈ ਚੈਨਲ ਦੇ ਉੱਤੇ ਤੇ ਨਾਲ ਹੀ ਆਪਾਂ ਧਨੀਆ ਪਾ ਲਾਂਗੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਥੱਲੇ ਤਾਰ ਲੈਣਾ ਸਬਜ਼ੀ ਨੂੰ ਸਬਜ਼ੀ ਸਾਡੀ ਬਣ ਕੇ ਤਿਆਰ ਆ ਇਹਨੂੰ ਆਪਾਂ ਏਦਾਂ ਕੜਾਈ ਦੇ ਵਿੱਚ ਕੱਢ ਲੈਣਾ ਆ ਆਲੂ ਤੇ ਸ਼ਿਮਲਾ ਮਿਰਚ ਦੀ ਜਿਹੜੀ ਸਬਜ਼ੀ ਆ ਉਹ ਸਾਡੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਹ ਸਬਜ਼ੀ ਦੇ ਨਾਲ ਰਾਇਤਾ ਜਾਂ ਦਹੀਂ ਇਹ ਰੱਖ ਸਕਦੇ ਹੋ ਇਹਦੇ ਨਾਲ ਇਹ ਸਬਜ਼ੀ ਬਹੁਤ ਸਵਾਦ ਲੱਗਦੀ ਆ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ ਤੇ ਖਾਇਓ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਫੈਮਿਲੀ ਔਰ ਫਰੈਂਡ ਦੇ ਨਾਲ ਚੈਨਲ ਦੇ ਨਾਲ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਪੋਰਟ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ